हॉस्पिटल दे विच एक पेशेंट आया सीगा, उहदे इंजरी सी किस चीज़ ते, उहदे इंजरी सी और किस तरह की इंजरी जिहड़ी लगदी सी? ਉਹਦੇ ਪੇਟ 'ਤੇ ਖੱਬੀ ਤਰਫ ਇੰਜਰੀ ਸੀਗੀ ਅਤੇ ਇੰਜਰੀ ਇੱਦਾਂ ਲੱਗ ਰਹੀ ਸੀ ਜਿਵੇਂ ਉਹ ਗਨ ਸ਼ੋਟ ਦੀ ਇੰਜਰੀ ਹੁੰਦੀ ਹੈ। ਉਹਦੀ ਉਮਰ ਕਰੀਬ 24-25 ਸਾਲ ਦੀ ਕਰੀਬ ਸੀਗੀ ਲੜਕੇ ਦੀ। ਠੀਕ ਸੀ ਉਹਦੀ ਹਾਲਤ, ਫਿਰ ਵੀ ਅਮਨਦੀਪ ਹੋਸਪਿਟਲ ਲੈ ਕੇ ਗਏ ਟ੍ਰੀਟਮੈਂਟ ਲਈ, ਬਿਹਤਰ ਉਹਦਾ ਇਲਾਜ ਹੋ ਸਕੇ। ਨਾਮ ਕੀ ਸੀਗਾ ਉਹਦਾ? ਸਤਪਾਲ ਸਿੰਘ ਨਾਮ ਸੀ। ਉਹ ਸੀਗਾ ਖੂਹ ਹਵੇਲੀਆਂ ਤੋਂ ਲੜਕਾ। ਬਾਕੀ ਠੀਕ ਸੀ, ਸਟੇਬਲ ਸੀ। ਠੀਕ ਜੀਰੇ ਦੇ ਵਿੱਚ ਉੱਥੇ ਗੋਲੀ ਚੱਲੀ ਗਈ। ਸਤਪਾਲ ਏਲੀਅਸ ਪਾਲ ਹੈ, ਪੁੱਤਰ ਦਲਬੀਰ ਸਿੰਘ, ਇਹ ਉੱਥੇ ਇਹਨੂੰ ਗੋਲੀ ਲੱਗੀ ਗਈ ਅਤੇ ਇਹਨੂੰ ਹੋਸਪਿਟਲ ਜਿਹੜਾ ਸਿਵਲ ਹੋਸਪਿਟਲ ਉੱਥੇ ਐਡਮਿਟ ਕਰਾਇਆ ਸੀ ਅਤੇ ਉਹਨਾਂ ਨੇ ਇਹਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਅਤੇ ਹੁਣ ਉਹਦੇ ਬਿਆਨ ਲਿਖਣ ਵਾਸਤੇ ਸਾਡੀ ਇੱਕ ਟੀਮ SHO ਜਿਹੜੀ ਸਿਟੀ ਜੀਰਾ ਉਹ ਗਏ ਨੇ। ਜਿਸ ਤਰ੍ਹਾਂ ਦੇ ਬਿਆਨ ਦੇਣਗੇ, ਜਿਹਦਾ ਨਾਮ ਲੈਣਗੇ ਜਾਂ ਜੋ ਹੋਏਗਾ ਉਹਨਾਂ ਦੇ ਉਹਦੇ ਸਹਾਇਕ ਕਾਰਵਾਈ ਕਰਾਂਗੇ। ਨਹੀਂ ਹਲੇ ਕੁਛ ਨਹੀਂ ਪਤਾ ਲੱਗਿਆ, ਉਹਦਾ ਬਿਆਨ ਲਿਖਣ ਤੋਂ ਬਾਅਦ ਹੀ ਪਤਾ ਲੱਗੇਗਾ। ਅਤੇ ਅਸੀਂ ਕੈਮਰੇ ਚੈੱਕ ਕਰਨੇ ਸੀ ਅਤੇ ਹੁਣ ਰਾਤ ਹੋਣ ਕਰਕੇ ਵੀ ਕੈਮਰੇ ਵੀ ਨਹੀਂ ਹੈਗੇ ਅਤੇ ਉਹਦਾ ਬਿਆਨ ਲਿਖਣਾ ਜ਼ਰੂਰੀ ਹੈਗਾ। ਉਹ ਬਿਆਨ ਲਿਖੇ, ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰੇਗਾ, ਜਿਸ ਤਰ੍ਹਾਂ ਦਾ ਬਿਆਨ ਲਿਖੇਗਾ ਅਤੇ ਅਸੀਂ ਉੱਦਾਂ ਦੀ FIR ਲੌਂਚ ਕਰਕੇ ਅਤੇ ਨਾਲ ਕਾਰਵਾਈ ਕਰਾਂਗੇ।